श्री राम कहना होगा, हिंदुस्तान रहना होगा, जय श्री राम कहना होगा। देश विरोधी, पंजाब विरोधी और साढ़े समाज विरोधी जो तिरंगे झंडे की आड़ हेठ जो नारे लगाए गए ने वो समाज विरोधी भी हैं, पंजाब विरोधी भी हैं, साढ़े देश विरोधी भी हैं। उस गल का कपूरथला वासियों के मन च बड़ा वड्डा रोस पाया जा रहा है कि उन्होंने नारे लाउण लग्या कोई सोचा नहीं। एक पासे असी तिरंगा झंडा लैके 75वीं वरेगंढ देश की आजादी की मना रहे हैं और दूजे पासे झंडे के इस झंडे के तिरंगे झंडे के थले वो नारे ला रहे ने जिहड़े देश नूं कौमां नूं वंडिया जावे। इस करके मैं समझदा हां कि कपूरथला वासी सारे नौजवान खड़े आ, इन्हों के मन च बड़ा रोस पाया जा रहा। असी सारिया ने फैसला किया है कि इन्हों नारियां के खिलाफ, उन्हों लोगों के खिलाफ जिन्होंने ये मनुखता में जहर फैलाने का काम किया है, जिन्होंने फिरका प्रस्ती का काम किया है, जिन्होंने सानू वंडन का काम किया है, उन्होंने खिलाफ कानूनी कार्रवाई की जाए। असी सारे मिलकर कपूरथला नगर निवासी कपूरथला के सारे ही भाईचारे सूचित किया जाता है कि कल जो पिछले दिन एक तिरंगा मार्च कढ़न की आड़ दे विच जो वक्खवादी नारे लाए गए जेडे कि साडे कपूरथले के भाईचारे पंजाब के भाईचारे समुचे हिंदुस्तान के भाईचारे अलग अलग तार तार करने की कोशिश की गई है। उस गलत मलत नारियां दे विच जेडे नारे सानू मंजूर नहीं है, किसी नू भी किसी भी पार्टी किसी भी धर्म नू कोई मंजूर नहीं है भी जेड़ा वो वक्खवादी नारा कोई लगाया जाए। असी उहदे संबंध विच इकट्ठे हुए हां, कल नू SSP साहब नू असी मंग पत्र देण जा रहे हां जिहदे विच असी उहनां दे उत्ते बनदी कड़ी कारवाई करवाउण वास्ते सारी जथेबंदी और सारे समुचा समाज उन्हां दे खिलाफ असी उन्हां दी जो भी कार्रवाई बनती हो जिन्हां शरारती अंसरां ने नारेबाजी की आ उन्हां दे उत्ते परचे दर्ज कराए जाणगे। साडे नाल सरदार जरनैल सिंह जी डोगरांवाल SBPC मैंबर ओह भी साडे नाल खड़े आ, ओह भी दो शब्द कहणगे। जिहड़े जिहड़े भी बंदे नहीं दित्ते उन्होंने एप्लीकेशन दे विच कुछ हिंदू जथेबंदियां दे बंदे ने, लेकिन उन्होंने विच देखांगे कि विच नारे लाए हुए ने किहदे किहदे खिलाफ कार्रवाई करनी बनती है, जिहदे बनती होई जरूर करांगे। ਜਿੱਦਾਂ ਜਥੇਬੰਦੀਆਂ ਕਹਿ ਰਹੀਆਂ ਕਿ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ, ਫਿਰ ਨਹੀਂ ਤਾਂ ਅਸੀਂ ਫਿਰ ਸਖ਼ਤ ਕੋਈ ਫੈਸਲੇ ਲਓ। ਇਨਕੁਆਇਰੀ ਹੋਏਗੀ ਔਰ ਮੈਂ ਆਪ ਜੀ ਨੂੰ ਬੇਨਤੀ ਕੀਤੀ ਆ, ਆਪਾਂ ਇੰਡੀਅਨ ਸੰਵਿਧਾਨ ਦੇ ਅੰਦਰ ਸਾਰੇ ਰਹਿੰਦੇ ਹਾਂ ਔਰ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਇੱਥੇ ਰਹਿਣ ਦਾ ਹੱਕ ਹੈ ਔਰ ਕੋਈ ਕਿਸੇ ਦੇ ਖਿਲਾਫ਼ ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾਊਗਾ। ਸਰ ਇਨਕੁਆਇਰੀ ਤਾਂ ਕਈ ਦਿਨ ਵੀ ਚੱਲ ਸਕਦੀ ਹੈ, ਤੁਸੀਂ ਕੀ ਕਰ ਇੱਕ ਦਿਨ ਦਾ ਸਰ ਟਾਈਮ ਦੇ। ਇਨਕੁਆਇਰੀ ਜਿਹੜੀ ਆ ਬਹੁਤ ਜਲਦ ਕੀਤੀ ਜਾਊਗੀ ਔਰ ਜਿਹੜੇ ਸਾਡੇ ਕੋਲ ਟੈਕਨੀਕਲ ਚੀਜ਼ਾਂ ਹੈਗੀਆਂ ਨੇ, ਸਾਈਬਰ ਕ੍ਰਾਈਮ ਹੈਗਾ, ਉਹਨਾਂ ਸਾਰੀਆਂ ਚੀਜ਼ਾਂ ਅਸੀਂ ਟੱਚ ਕਰਨੀਆਂ ਹੁੰਦੀਆਂ ਕਰਕੇ ਤਰੀਕੇ ਦੇ ਨਾਲ ਇਹਨੂੰ ਕਰਾਂਗੇ ਆਪਾਂ। ਠੀਕ ਹੈ ਜੀ, ਆਪ ਜੀ ਨੂੰ ਬੇਨਤੀ ਕੀਤੀ ਹੈ ਵੀ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਧਰਮ ਨੂੰ ਕਿਸੇ ਵੀ ਆਦਮੀ ਨੂੰ ਜਿਹੜਾ ਸੰਵਿਧਾਨ ਦੇ ਅਗੇਂਸਟ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਤਿੰਨ ਚਾਰ ਦਿਨ ਦਾ ਵਕਤ ਦਿਓ ਕਿਉਂਕਿ ਉਹਦੇ ਵਿੱਚ ਆਵਾਜ਼ ਐਨਾਲਾਈਜ਼ ਹੋਣੀ ਹੈ ਟੈਕਨੀਕਲ ਚੱਲ ਤੋਂ। ਠੀਕ ਹੈ ਜੀ, ਉਹਦੇ ਜਿਹੜੇ ਬੰਦੇ ਆਈਡੈਂਟੀਫਾਈ ਹੋਣੇ ਆ ਉਹਨੂੰ ਤਿੰਨ ਚਾਰ ਦਿਨ ਦਾ ਸਮਾਂ ਲੱਗਣਾ। SPD ਸਾਹਿਬ ਨੇ ਵੀ ਇਹੀ ਬੇਨਤੀ ਕੀਤੀ ਸੀ ਆ ਕੇ ਤੁਹਾਡੇ ਸਾਰੇ ਸਾਹਮਣੇ, ਮੈਂ ਵੀ ਇਹੀ ਬੇਨਤੀ ਕਰਦਾ। ਮੈਂ ਤਾਂ ਇਹੀ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ
ਬੇਨਤੀ ਆ ਜੀ ਬੰਦਾ ਐਫਆਈਆਰ ਹੋਊਗੀ ਐਫਆਈਆਰ ਹੋਊ ਸਾਡੀ ਸਾਰਾ ਕੁਝ ਆਈਡੈਂਟੀਫਾਈ ਆ ਬੋਲੇ ਤਾਂ ਬੋਲ ਪਿਛਲੇ ਦਿਨਾਂ ਦੇ ਵਿੱਚ ਇੱਕ ਚੋਰ ਫੜੇ ਸੀ ਰਾਤ ਨੂੰ ਉਹ ਥਾਣੇ ਮੂਹਰੇ ਤੁਸੀਂ ਧਰਨਾ ਨਹੀਂ ਦੇਣ ਦਿੱਤਾ ਵੀ ਅਸੀਂ ਚੋਰਾਂ ਦੇ ਉਹ ਚੋਰ ਬਾਹਰ ਫਿਰਦੇ ਆ ਕਹਿੰਦੇ ਕਿਵੇਂ ਅਸੀਂ ਮੰਨ ਲਈਏ ਵੀ ਪਰਸੋਂ ਨੂੰ ਇਹ ਕੰਮ ਹੋ ਜਾਊਗਾ ਚੋਰ ਅੱਜ ਵੀ ਬਾਹਰ ਆ ਹਾਂ ਤੁਹਾਡੇ ਕੋਲ ਆਏ ਅਸੀਂ ਬੈਠੇ ਹੋਏ ਚੋਰ ਬੈਠੇ ਸਾਡੇ ਕੋਲ ਸਰਕਾਰੀ ਦਾ ਮੋਰਚਾ ਲੱਗਾ ਪਰਗਾੜੀ ਦੇ ਮੋਰਚੇ ਉੱਚੇ ਆ ਸਰਪੰਚ ਸਾਹਿਬ ਬੈਠੇ ਆ ਮੈਂ ਬੈਠਿਆ ਸਾਨੂੰ ਇਮੀਡੀਏਟਲੀ ਚੱਕਿਆ ਤੇ ਸਾਨੂੰ ਉਹ ਟਾਰਗੇਟ ਕੀਤਾ ਜਿਹੜਾ ਮੈਂ ਰੱਬ ਦਾ ਨਾਂ ਦੋ ਦਿਨ ਸਾਨੂੰ ਇੱਥੇ ਟੌਰਚਰ ਕੀਤਾ ਸੀਨੀਅਰ ਸਟਾਫ ਤੇ ਉਹ ਬੰਦੇ ਕਿਉਂ ਨਹੀਂ ਚੱਕੇ ਜਾ ਸਕਦੇ ਜੀ ਜਦੋਂ ਤੁਹਾਨੂੰ ਅਸੀਂ ਫੜਨੇ ਆਈਡੈਂਟੀਫਾਈ ਕਰਕੇ ਦਿੰਦੇ ਆ ਕੋਈ ਕੁਛ ਨਹੀਂ ਕੀਤੀ ਬੰਦਿਆਂ ਨੇ ਨਾਂ ਦੇ ਉੱਤੇ ਨਰਿੰਦਰ ਸਿੰਘ ਖੁਸਰੋਪੁਰ ਬੰਡੀ ਵਾਲੀਆ ਸ਼ਹਿਰੀ ਡੀਐਸਪੀ ਦਰਜੀਤ ਸਿੰਘ ਢਿੱਲੋਂ ਸੀ ਉਹ ਲੈ ਕੇ ਗਿਆ ਚੱਕ ਕੇ 22 ਬੰਦੇ ਸੀ 22 ਬੰਦੇ ਜੇ ਸਾਨੂੰ ਚੱਕ ਕੇ ਲਿਜਾ ਸਕਦੇ ਫਿਰ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਚੱਕ ਸਕਦੇ ਨਾਲੇ ਸਾਹਿਬ ਜੀ ਦਾ ਨੂੰ ਆਪਾਂ ਵੀਡੀਓ ਦੇ ਚੁੱਕੇ ਆ ਅੱਜ 3 ਦਿਨ ਹੋ ਗਏ ਸਾਨੂੰ ਅੱਛਾ ਜੀ 3 ਦਿਨ ਦਾ ਸਮਾਂ ਤਾਂ ਪਹਿਲਾਂ ਹੀ ਹੋ ਗਿਆ ਧਰਨਾ ਲਾਇਆ ਤੇ ਪਹਿਲੇ ਸਾਨੂੰ 3 ਵਜੇ ਸਾਨੂੰ ਚੱਕ ਰਿਆ ਸਾਰਿਆਂ ਨੂੰ ਘਰੋਂ ਘਰੋਂ ਚੱਕ ਕੇ ਜਾਂਦਾ ਮੈਂ ਗੁਰਦੁਆਰੇ ਨੂੰ ਤਾਰੀ ਦਿੱਤੀ ਮੈਨੂੰ ਪਤਾ ਲੱਗਾ ਵੀ ਚੱਕਣੇ ਆ ਮੈਂ ਘਰ ਨੂੰ ਜਾਣਾ ਕੋਈ ਅੰਦਰ ਜਾਣਾ ਥਾਣੇ ਇਹ ਨਹੀਂ ਕਹਿਣਾ ਕਿ ਮਾਵਾਂ ਦੇ ਪੁੱਤ ਫੜਾ ਲਿਓ ਆਪ ਭੱਜ ਜਾਓ ਇਸ ਕਰਕੇ ਅਸੀਂ ਮੰਗ ਕਰਦੇ ਆ ਉਹਨਾਂ ਨੂੰ ਹੁਣੇ ਹੀ ਚੱਕੋ ਅਸੀਂ ਤਾਂ ਧਰਨਾ ਚੱਕਾਂਗੇ ਨਹੀਂ ਤਾਂ ਅਸੀਂ ਇੱਥੇ ਬੈਠੇ ਬੋਲੇ ਸੋ ਨਿਹਾਲ।